ਇਲਤੀਲਾਣਾ ਟੀਵੀ ਚੈਨਲ ਵੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਕਿਸਾਨ ਪ੍ਰਭੂ ਮੈਂ ਅੱਜ ਆਪਣੇ ਕੈਮਰਾਮੈਨ ਤਰਸੀਮ ਸਿੰਘ ਧੂਰੀਵਾਲੇ ਨੂੰ ਨਾਲ ਲੈ ਕੇ ਪਹੁੰਚਿਆ ਹਾਂ ਪਿੰਡ ਰੋੜਾਂ ਵਾਲੀ ਹਨੂ ਮੰਗਾਨਗੜ੍ਹ ਰਾਜਸਥਾਨ ਦੇ ਵਿੱਚ ਕਿਸਾਨ ਵੀਰੋ ਜੇ ਆਪਾਂ ਇਸ ਪਿੰਡ ਦੀ ਗੱਲ ਕਰੀਏ ਇਸ ਪਿੰਡ ਦੇ ਵਿੱਚ ਕਾਫੀ ਤਦਾਦ ਦੇ ਵਿੱਚ ਬੱਕਰੇ ਬੱਕਰੀਆਂ ਮਿਲਦੀਆਂ ਨੇ ਬੀਟਲਾਤੇ ਬਰਬਰਿਆਂ ਦੀ ਆਪਾਂ ਗੱਲ ਕਰੀਏ ਤਾਂ ਕਾਫੀ ਤਦਾਦ ਦੇ ਵਿੱਚ ਇਸ ਵੀ ਪਿੰਡ ਦੇ ਵਿੱਚ ਜਾਨਵਰ ਆ ਜਿਹੜੇ ਉਹ ਮਿਲ ਜਾਂਦੇ ਨੇ ਜੇ ਆਪਾਂ ਗੱਲ ਕਰੀਏ ਇੰਨਾ ਇਸ ਪਿੰਡ ਦੇ ਵੀਰਾਂ ਦੀ ਇਹਨਾਂ ਵੀਰਾਂ ਦੇ ਕਾਰਜਤਾ ਜਰਬੇ ਆ ਜਿਹੜੇ ਬੱਕਰੀਆਂ ਪ੍ਰਤੀ ਉਹ ਬਹੁਤ ਵੱਡੇ ਆ ਤੇ ਕਾਫੀ ਲਾਹੇਵੰਦ ਵੀ ਆ ਆਪਣੇ ਪਾਸ ਇਸ ਸਮੇਂ ਮੌਜੂਦ ਨੇ ਡਾਕਟਰ ਲਿਆਗਤ ਅਲੀ ਜੀ ਅਤੇ ਵੀਰ ਨਿੱਕਾ ਨਿੱਕਾ ਖਾਂ ਅਤੇ ਅੱਪਾ ਇਹਨਾਂ ਦੇ ਨਾਲ ਸਾਰੀ ਗੱਲਬਾਤ ਕਰਦੇ ਆਂਗੇ ਕਿ ਕਿਵੇਂ ਜਾਨਵਰ ਨੂੰ ਖੱਸੀ ਕਰਨਾ ਬੱਕਰੇ ਨੂੰ ਖਾਸ ਕਰਕੇ ਤੇ ਉਹਨਾਂ ਸਹੀ ਸਮਾਂ ਕੀ ਐ ਅੱਪਾ ਡਾਕਟਰ ਲਿਆਗਤ ਅਲੀ ਜੀ ਦੇ ਨਾਲ ਗੱਲਬਾਤ ਕਰਦੇ ਆਂ ਲਿਆਗਤ ਅਲੀ ਬਾਈ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਇਲਤਿਲਾਂਾ ਟੀਵੀ ਚੈਨਲ ਤੇ ਬਹੁਤ ਬਹੁਤ ਧੋੜਾ ਬਾਈ ਜੀ ਸਵਾਗਤ ਹੈ ਹਮਾਰੇ ਇਧਰ ਫਾਰਮ ਮੇ ਆ ਕੇ ਆਪ ਆਏ अब खस्सी करते हैं बकरों को चाप लगाते हैं हम तो जैसे सैनिक आ जाती है तैयारी पकड़ता है बकरा खूबसूरती आती है उसमें कुर्बानी भी माशाल्लाह अच्छा लग जाता है और लेने वाले कुर्बानी खस्सी बकरा बहुत माशाल्लाह लेते हैं अच्छा और ये चाप लगाने की मशीन है अपने पास अभी चाप लगाएंगे माशाल्लाह दिखाते हैं अपने फार्म में तुम्हारे को भाई जी जे आपा गल करिए किन्नी उमर दा बच्चा किन्ने दंत खस्सी करना चाहिए दा दो दंस चार दांत तक ਜਦ ਦੋ दांत ਚਾਰ दांत ਹੋ ਜੇ ਤੁਸੇ ਕੀ ਹੈ ਕਿ ਗਰਦਨ ਵੀ ਬਣ ਜਾਂਦੀ ਹੈ ਔਰ ਸੇਨਿੰਗ ਵੀ ਜਲਦੀ ਆਤੀ ਔਰ ਬੱਕਰੇ ਦਾ वजन ਵੀ بڑھਦਾ ਜ਼ਿਆਦਾ ਜ਼ਿਆਦਾ ਛੋਟਾ ਚਾਪ ਲਗਾਣੇ ਸੇ ਬੱਕਰਾ ਬਰਨਤਾ ਨਹੀਂ ਇਤਨਾ ਅਬ ਚਾਪ ਲਗਾएंगे दो दांत चार दांत बकरे अभी आपको दिखाएंगे उन्होंने खस्सी करके दिखाओ ਸਾਡੇ ਵੀਰਾਂ ਨੂੰ ਤੁਸੀਂ ਆ ਵੀ ਦਿਖਾਤੇ ਕਿਸਾਨੋ ਵੀਰੋ ਡਾਕਟਰ ਲਿਆਕਤ अली जी ਸਾਨੂੰ ਬੱਕਰਾ ਖਸੀ ਕਿਸ ਤਰ੍ਹਾਂ ਕਰਨਾ ਉਹ ਕਰਕੇ ਦਿਖਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਹੀ ਆਪਾਂ ਦਿਖਾਉਨੇ ਤੁਹਾਨੂੰ ਬਾਕੀ ਜਾਣਕਾਰੀ ਤੁਸੀਂ ਡਾਕਟਰ ਸਾਹਿਬ ਦੇ ਪਾਸੋਂ ਲੈ ਵੀ ਸਕਦੇ ਹੋਗੇ ਆਪਾਂ ਇਹਨਾਂ ਦਾ ਨੰਬਰ ਵੀ ਦੇਵਾਂਗੇ ਤੁਹਾਨੂੰ ਕੈਮਰਾਮੈਨ ਤਰਸੀਮ ਸਿੰਘ ਧੂਰੀ ਤੁਹਾਨੂੰ ਦਿਖਾਉਣਗੇ ਕਿ ਕਿਸ ਤਰ੍ਹਾਂ ਜਾਨਵਰ ਨੂੰ ਖੱਸੀ ਕਰਨਾ ਹੈ ਡਾਕਟਰ ਸਾਹਿਬ ਸਹੀ ਤਰੀਕਾ ਕੀ ਹੈ ਕਿਵੇਂ ਕਰਨਾ ਖੱਸੀ ਆ ਦੇਖੋ ਜੀ ਸਹੀ ਤਰੀਕਾ ਹੈ ਇਸकी ਨਾੜ پکڑਨੀ ਜ਼ਰੂਰੀ ਹੁੰਦੀ ਹੈ ਕਈ ਕਿਸੇ ਕੇ ਨਾੜ ਜੇ ਤਾਬੇ ਨਹੀਂ ਆਤੀ ਐਸੇ ਲਗਾਤੇ ਨਾ ਏਰੀਆ ਸੇ ਉਹ ਬੱਕਰਾ ਸਹੀ ਚਾਪ ਵੀ ਨਹੀਂ ਸਾਹਮਣੇ ਵਾਲਾ ਜੋ ਲੇਤਾ ਉਹ ਵੀ ਪਰੇਸ਼ਾਨ ਹੁੰਦਾ ਹੈ ਮਸ਼ੀਨ ਦਾ ਨਾਮ ਕੀ ਹੈ ਇਹ ਚਾਪ ਲਗਾਉਣ ਵਾਲੀ ਮਸ਼ੀਨ ਹੈ ਇਸਕੋ ਚਾਪ ਲਗਾਉਣ ਵਾਲੀ ਬੋਲਤੇ ਮਸ਼ੀਨ ਹੈ ਅੱਛਾ ਹਾਂ ਆਲੇ ਆ ਚਾਪ ਲੱਗ ਗਈ ਇਸकी 나ੜ ਜੋ ਹੈ ਨਾ ਬਲੋਕ ਹੋ ਜਾਏਗੀ ਬਲੋਕ ਹੋਣੇ ਕੇ ਬਾਦ ਇਸਕੇ ਖੂਬਸੂਰਤੀ ਵੀ ਆਨੇ ਲੱਗ ਜੇਗੀ ਔਰ ਵਜ਼ਨ ਵੀ ਬੜੇਗਾ ਜੇ ਗੰਦਾ ਬਾਣ ਬਿਲਕੁਲ ਹਟਨੇ ਲੱਗ ਜਾਏਗਾ ਕਿੰਨਾ ਟਾਈਮ ਦੱਬ ਕੇ ਰੱਖਣਾ ਇਹ ਇਹ ਬਸ 2-3 ਸੈਕਿੰਡ जे इसकी नाड़ जी इसकी नाड ब्लॉक होगी दोनों साइड ही कर दी इसकी नाड एक साइड की दोनों साइड नाड ब्लॉक कर दी जैसे एक साइड लगा अब इस साइड भी दो दो बार चाप लगानी पड़ेगी तो बिल्कुल नाड इसकी ब्लॉक हो जाएगी एड़ी जगह तो अपन इसने दबना हुंदागा खस्सी करने वास्ते जी साइड आ देख आ नाड मैंने पकड़ रखी है देखो ठीक है इथे नाडों दे पता लगदी है हां जी आ नाड दबा रखी है ना ये मशीन है ये मशीन ने दबा रखी है ना देखो जी जी बिल्कुल दबा रखी है ऐसे छोड़ जैसे इसको छुड़ाएंगे तो छूटेगा नहीं तो ऐसे छूटेगी नहीं मशीन ना देखो ਜੇ ਮਸ਼ੀਨ ਦਾ ਵੀ ਤਰੀਕਾ ਹੈ ਇਹ ਜਦ ਆਪਾਂ ਚਾਹਾਂਗੇ ਉਦੋਂ ਹੀ ਛੁੱਟੂਗੀ ਹਾਂ ਇਹ ਆ ਦੇਖੋ ਮੈਂ ਅਬ ਆ ਚੁੜਾ ਰਹਾ ਹਾਂ ਜੇ ਇਸ ਇੱਕ ਸਾਈਡ ਬਿਲਕੁਲ ਇਹ ਦੇਖੋ ਦਬ ਗਿਆ ਨਾ ਨਾੜ ਬਲੋਕ ਹੋ ਗਈ ਬਿਲਕੁਲ ਇਸ ਦੀ ਇਹ ਇਹਨੂੰ ਉਸ ਬੱਕਰੀਆਂ ਕੇ ਨਹੀਂ ਕੰਮ ਕਰੇਗਾ ਕੁਰਬਾਨੀ ਕੇ ਲੈ ਕੇ ਹੀ ਕੰਮ ਰਹੇਗਾ ਇਹ ਦਬਾ ਦੀ ਦੇਖੋ ਕੋਈ ਨੁਕਸਾਨ ਦਾ ਤਾਂ ਨਹੀਂ ਡਰ ਹੁੰਦਾ ਨਾੜ ਜਿੰਨੇ ਤੱਕ ਛੁਡਾਏਗੇ ਨਹੀਂ ਛੁਟੇਗਾ ਹੀ ਨਹੀਂ ਇਹ ਇਹਦਾ ਨੁਕਸਾਨ ਦਾ ਤਾਂ ਨਹੀਂ ਡਰ ਹੁੰਦਾ ਕੋਈ ਕੋਈ ਨੁਕਸਾਨ ਕਰਨੀ ਆਪਣਾ ਮਾਸ਼ਾਅੱਲਾ ਇਹ ਸੀ ਬਾਤ ਨਹੀਂ ਹੈ ਬਹੁਤ ਬੱਕਰੇ ਕਰਤੇ ਆਪਾਂ ਚਾਪ ਲਗਾਤੇ ਕਿੰਨੇ ਖੱਸੀ ਕਰ ਦੰਨੇ ਆਪਾਂ ਮਹੀਨੇ ਵਿੱਚ ਹਾਂਜੀ ਮਹੀਨੇ ਦੇ ਵਿੱਚ ਆਪਾਂ ਕਿੰਨੇ ਖੱਸੀ ਕਰ ਦੰਨੇ ਜਾਣੇ ਮੈਂ ਤਾਂ ਵੀ 20 25 ਬੱਕਰੇ ਕਰਤਾ ਹਾਂ ਮੈਂ ਮਹੀਨੇ ਕੇ ਅੰਦਰ ਆਪਣਾ ਖੱਸੀ ਕਰਨ ਦਾ ਇਹ ਸਹੀ ਤਰੀਕਾ ਜਾਂ ਹੋਰ ਵੀ ਤਰੀਕੇ ਹੁੰਦੇ ਨੇ ਨਹੀਂ ਸਹੀ ਤਰੀਕਾ ਜਹੀ ਹੈ ਇਸੇ ਕੋਈ ਚਾਪ ਲਗਾ ਕੇ ਇਹ نکال dete hain ਉਹ ਕਾ ਨਿਕਾਲਣਾ ਨਹੀਂ ਚਾਹੀਏ ਇਨਕਾ ਕਿਉਂਕਿ ਉਨਕੀ ਨਾੜ ਖਿੱਚੀ ਜੀ ਤੀ ਨਾ ਜੀ ਨਾੜ ਹੁੰਦੀ ਹੈ खींच के फेंक देते हो बकरे का मरने का होता है इसमें कोई नुकसान का अच्छा। आ आ तो नहीं नहीं नहीं, इसको दर्द इसके बाद क्या लगाना इसको इसको दर्द का इंजेक्शन आज भी लगेगा कल भी लगेगा एक दिन और भी लगेगा तीन दिन इसको इंजेक्शन का दर्द लगा नाड़ ब्लॉक होगी इसकी कितने दिन इंजेक्शन लगेगा तीन दिन तीन दिन तीन दिन कोई देखते नहीं है लगाते नहीं है उसमें बकरा खराब होता है और खाने को भी कोई दवाई देंगे खाने को देंगे इसको चारा देंगे जैसे नहीं, कोई भी कोई दवाई तो नहीं देनी नहीं दवाई नहीं दी इसको इंजेक्शन लगेगा छोड़ दे भाई छोड़ आ देखो अब ये कितना दर्द महसूस कर रहा होगा अभी ये दर्द अब जल्दी से अब दर्द महसूस करने लग जाएगा आधा घंटा करेगा इसको इंजेक्शन दे देंगे बिल्कुल दर्द नहीं महसूस करेगा ਕਿੰਨਾ ਸਮਾਂ ਦਰਦ ਉਤਰੇਗਾ ਇਸਕੋ ਬਸ ਇਹ ਅਧਾ ਘੰਟਾ 1 ਘੰਟਾ ਜਾਂ ਧਾ ਘੰਟੇ ਦੇ ਅੰਦਰ ਇਸਕਾ ਦਰਦ ਖਤਮ ਕਰ ਦੇਂਗੇ ਅਨਜਸ਼ਨ ਦੇਂਗੇ ਸਹੀ ਅਨਜਸ਼ਨ ਦੇਂਗੇ ਇਸਕੋ ਸ਼ੁਕਰੀਆ ਰਕਸ਼ਾ ਆਪਨੇ ਬੜੀ ਅੱਛੀ ਜਾਣਕਾਰੀ ਹੈ ਜਿਹੜੀ ਉਹ ਸਾਡੇ ਕਿਸਾਨ ਵੀਰਾਂ ਦੇ ਨਾਲ ਸਾਂਝੀ ਕੀਤੀ ਕਿ ਤੁਸੀਂ ਸਾਡਾ ਆਪਣਾ ਸੰਪਰਕ ਨੰਬਰ ਸਾਡੇ ਵੀਰਾਂ ਨੂੰ ਦੇ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਮੇਰਾ ਨੰਬਰ 9166563017 ਦੁਬਾਰਾ ਫੇਰ ਬੋਲ 9166563017 ਜੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਤੇ ਤੁਹਾਨੂੰ ਫੋਨ ਕਰਕੇ ਲੈ ਸਕਦਾ ਜੀ ਲੈ ਸਕਦੇ ਆ ਜੀ किसी तरह की ले सकते हैं बुखार आता है या कोई किसी तरह की बीमारी आती है अपने से ले सकते हैं चाप लगानी है तो आप खुद लगा के भी कोई बाई अपना है तो उसको आप लगा के भी दे सकते हैं कोई चाराज नहीं है इस बात का ठीक। हाँ चाप लगाने का भी अपना कोई चाराज नहीं है किसी बाई का फायदा होना चाहिए शुक्रिया डॉक्टर साहब बड़ा गलबात करके तो लगे हाँ बहुत बहुत शुक्रिया भाई साहब आपका भी जो हमारे इधर आए फार्म में शुक्रिया ਕਿਸਾਨ ਵੀਰੋ ਆਪਾਂ ਨੇ ਗੱਲ ਕੀਤੀ ਐਸਐਮਐ ਡਾਕਟਰ ਲਿਆਕਤ ਅਲੀ ਜੀ ਦੇ ਨਾਲ ਕਾਫੀ ਸਾਰੀ ਜਾਣਕਾਰੀ ਹੈ ਜਿਹੜੀ ਉਹਨਾਂ ਨੇ ਸਾਨੂੰ ਬੱਕਰੇ ਨੂੰ ਕਿਸ ਤਰ੍ਹਾਂ ਖੱਸੀ ਕਰਨਾ ਉਹਦੇ ਬਾਰੇ ਸਾਂਝੀ ਕੀਤੀ ਹੈ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਲਈ ਬੜੀ ਲਾਹੇਵੰਦ ਸਾਬਤ ਹੋਵੇਗੀ ਕਿਸਾਨ ਵੀਰੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ